ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਰੂਬਰੂ ਹੋਏ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ। ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਸ ਚੈਨਲ 'ਤੇ। ਜਿਵੇਂ ਕਿ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਸੀ, ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਜੀ ਨਾਲ ਜੁੜਿਆ ਇੱਕ ਯਾਦਗਾਰੀ ਕਿੱਸਾ, ਇਸ ਦੇ ਨਾਲ ਗੱਲ ਕਰਦੇ ਹਾਂ। ਅੱਜ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਅਮਰ ਸਿੰਘ ਚਮਕੀਲਾ ਜੀ ਨਾਲ ਜੁੜਿਆ ਕਿੱਸਾ ਜੰਗ ਦਾ ਬਿਗਲ। ਇਸ ਕਿੱਸੇ ਵਿੱਚ ਪੰਜਾਬੀ ਗਾਇਕੀ ਦੀ ਜੰਗ ਦੇ ਮੈਦਾਨ 'ਚ ਆਪਣੀ ਆਮਦ ਦਾ ਬਿਗਲ ਵਜਾ ਦਿੱਤਾ ਸੀ ਅਮਰ ਸਿੰਘ ਚਮਕੀਲਾ ਜੀ ਨੇ। ਇਹ ਕਿੱਸਾ ਤੁਹਾਡੇ ਰੂਬਰੂ ਕਰ ਰਹੇ ਹਾਂ ਬਲਰਾਜ ਸਿੰਘ ਸਿੱਧੂ ਦੀ ਕਿਤਾਬ ਸ਼ਹੀਦ ਤੋਂ ਪੜ੍ਹ ਕੇ ਸੁਣਾਵਾਂਗਾ। ਦੋਸਤੋ, ਅਮਰ ਸਿੰਘ ਚਮਕੀਲੇ ਅਤੇ ਸੁਰਿੰਦਰ ਸੋਨੀਆ ਦੇ 8 ਦੇ 8 ਗੀਤ ਮਾਰਕੀਟ ਵਿੱਚ ਧੂਮਾਂ ਪਾ ਰਹੇ ਸਨ। ਪ੍ਰੋਗਰਾਮਾਂ ਦੀ ਤਾਂ ਕੋਈ ਤੋੜ ਹੀ ਨਹੀਂ ਸੀ, ਦਿਹਾੜੀ ਵਿੱਚ 2-2 ਪ੍ਰੋਗਰਾਮ ਵੀ ਬੁੱਕ ਹੋ ਜਾਂਦੇ ਸਨ। ਇਸ ਸਮੇਂ ਤੱਕ ਚਮਕੀਲੇ ਨੂੰ ਸੋਨੀਆ ਆਪਣੇ ਸਹਾਇਕ ਕਲਾਕਾਰ ਵਜੋਂ ਲਿਜਾਂਦੀ ਸੀ। ਪ੍ਰੋਗਰਾਮ ਸੁਰਿੰਦਰ ਸੋਨੀਆ ਦਾ ਪਤੀ ਕਸ਼ਮੀਰੀ ਲਾਲ ਬੁੱਕ ਕਰਿਆ ਕਰਦਾ ਸੀ। ਚਮਕੀਲੇ ਨੂੰ ਪ੍ਰਤੀ ਪ੍ਰੋਗਰਾਮ 150 ਰੁਪਇਆ ਦਿੱਤਾ ਜਾਂਦਾ ਸੀ। ਚਮਕੀਲੇ ਨੇ ਕੇਸਰ ਟਿੱਕੀ ਨਾਲ ਸਲਾਹ ਕੀਤੀ ਸੀ, ਗੀਤ ਮੈਂ ਲਿਖਦਾ ਅਤੇ ਤਿਆਰੀ ਕਰਵਾਉਣ ਤੋਂ ਲੈ ਕੇ ਪ੍ਰੋਗਰਾਮਾਂ ਤੱਕ ਸਭ ਮੇਰੀ ਮਿਹਨਤ ਹੁੰਦੀ ਹੈ, ਪੈਸੇ ਸੋਨੀਆ ਅਤੇ ਉਸਦਾ ਘਰ ਵਾਲਾ ਬਣਾਈ ਜਾ ਰਹੇ ਹਨ, ਹੁਣ ਮੇਰੇ ਪੈਸੇ ਵਧਣੇ ਚਾਹੀਦੇ ਹਨ। ਟਿੱਕੀ ਨੇ ਵੀ ਚਮਕੀਲੇ ਨੂੰ ਉਂਗਲ ਲਾ ਦਿੱਤੀ ਸੀ, ਆਹੋ ਤੂੰ ਹੁਣ ਤੋਂ ਪੇਮੈਂਟ ਡਬਲ ਲਿਆ ਕਰ। ਕਸ਼ਮੀਰੀ ਲਾਲ ਨੇ ਜੈਪੁਰ ਜੋਧਪੁਰ ਵੱਲ ਦਾ ਬਾਬਾ ਵਿਸ਼ਕਰਮਾ ਦਾ ਕੋਈ ਪ੍ਰੋਗਰਾਮ ਬੁੱਕ ਕਰ ਲਿਆ ਸੀ। ਪ੍ਰੋਗਰਾਮ ਦਿਵਾਲੀ ਤਾਂ ਦੂਜੇ ਦਿਨ ਦਾ ਸੀ, ਲੇਕਿਨ ਦੂਰੀ ਹੋਣ ਕਾਰਨ ਜਾਣਾ ਦਿਵਾਲੀ ਵਾਲੇ ਦਿਨ ਹੀ ਸੀ। ਕਸ਼ਮੀਰੀ ਲਾਲ ਨੇ ਚਮਕੀਲੇ ਅਤੇ ਟਿੱਕੀ ਨੂੰ ਪ੍ਰੋਗਰਾਮ ਬਾਰੇ ਦੱਸਣ ਲਈ ਆਪਣੇ ਦਫ਼ਤਰ ਵਿੱਚ ਬੁਲਾ ਲਿਆ ਸੀ। ਕਸ਼ਮੀਰੀ ਲਾਲ ਨੇ ਪ੍ਰੋਗਰਾਮ ਬਾਰੇ ਸਾਰਾ ਵੇਰਵਾ ਦੱਸ ਕੇ ਚਮਕੀਲੇ ਨੂੰ ਤਿਆਰ ਹੋ ਕੇ ਚੱਲਣ ਲਈ ਕਿਹਾ ਤਾਂ ਚਮਕੀਲਾ ਮੁੱਕਰ ਗਿਆ, ਮੈਂ ਤਾਂ ਨਹੀਂ ਜਾਂਦਾ, ਤੂੰ ਹੋਰ ਜਿਹਨੂੰ ਮਰਜ਼ੀ ਲੈ ਜਾ। ਕਿਉਂ ਜਾਣਾ ਕਿਉਂ ਨਹੀਂ, ਕਸ਼ਮੀਰੀ ਲਾਲ ਨੂੰ ਝਟਕਾ ਲੱਗਿਆ ਸੀ। ਚਮਕੀਲੇ ਨੇ ਟਿੱਕੀ ਵੱਲ ਇਸ਼ਾਰਾ ਕਰ ਦਿੱਤਾ ਸੀ, ਇਹਨੂੰ ਪੁੱਛ ਲੈ। ਕਸ਼ਮੀਰੀ ਲਾਲ ਟਿੱਕੀ ਵੱਲ ਨੂੰ ਸਿੱਧਾ ਹੋ ਗਿਆ ਸੀ, ਹਾਂ ਬਈ ਜਾਣਾ ਕਿਉਂ ਨਹੀਂ। ਚਮਕੀਲਾ ਕਹਿੰਦਾ ਹੁਣ ਤੋਂ ਇਹ ਪ੍ਰੋਗਰਾਮ ਦਾ 300 ਰੁਪਇਆ ਲਿਆ ਕਰੂੰਗਾ। ਟਿੱਕੀ ਨੇ ਭੇਤ ਖੋਲ੍ਹਿਆ ਤਾਂ ਕਸ਼ਮੀਰੀ ਲਾਲ ਭੜਕ ਪਿਆ ਸੀ, 300 ਨਾ ਤੈਨੂੰ ਹੋਰ ਕੁਛ, ਤੁਹਾਡੇ ਪਿਓ ਦਾ ਰਾਜ ਆ, ਖਰਾਬ ਕਰਨਾ ਜਿੰਨਾ ਮਰਜ਼ੀ ਕਰ ਲਿਓ, ਪ੍ਰੋਗਰਾਮ ਤਾਂ ਅਸੀਂ ਲਾ ਕੇ ਆਵਾਂਗੇ। ਕਸ਼ਮੀਰੀ ਲਾਲ ਨੇ ਕੁਝ ਦੇਰ ਦੋਨਾਂ ਦਾ ਪ੍ਰਤੀਕਰਮ ਦੇਖਿਆ ਅਤੇ ਫਿਰ ਟਿੱਕੀ ਨੂੰ ਸੰਬੋਧਿਤ ਹੋਇਆ ਸੀ। ਟਿੱਕੀ ਸਮਝਾ ਇਹਨੂੰ, ਇਹਦਾ ਦਿਮਾਗ ਖਰਾਬ ਹੋ ਗਿਆ। ਦਿਮਾਗ ਖਰਾਬ ਨਹੀਂ ਜੀ, ਠੀਕ ਹੀ ਹੁਣ ਹੋਇਆ, 300 ਦੇ ਹਿਸਾਬ ਨਾਲ 2 ਦਿਹਾੜੀਆਂ ਦੇ 600 ਬਣਦੇ ਆ, ਪੈਸੇ ਫੜਾਓ ਚੱਲਿਆ ਜਾਂਦਾ। ਨਹੀਂ ਆਪਣੀ ਰਾਮ ਸਾਤਵਾ, ਚਮਕੀਲੇ ਤੋਂ ਬੋਲੇ ਬਿਨਾਂ ਰਹਿ ਨਹੀਂ ਸੀ ਹੋਇਆ, ਤੂੰ ਲੈ ਲੈ ਵੀ 300 ਤੈਨੂੰ ਜਿਹੜਾ ਦਿੰਦਾ, ਪ੍ਰੋਗਰਾਮ ਤਾਂ ਅਸੀਂ ਲਾਵਾਂਗੇ, ਜਿਵੇਂ ਮਰਜ਼ੀ ਲਾ ਕੇ ਆਈਏ। ਕਸ਼ਮੀਰੀ ਲਾਲ ਗੁੱਸੇ ਵਿੱਚ ਝੱਗ ਸਿੱਟ ਰਿਹਾ ਸੀ। ਚਮਕੀਲੇ ਅਤੇ ਟਿੱਕੀ ਕਸ਼ਮੀਰੀ ਲਾਲ ਦੇ ਦਫ਼ਤਰ ਵਿੱਚੋਂ ਉੱਠ ਕੇ ਆ ਗਏ ਸਨ। ਕਸ਼ਮੀਰੀ ਲਾਲ ਆਪਣੇ ਘਰ ਗਿਆ ਅਤੇ ਉਸਨੇ ਸੋਨੀਆ ਨੂੰ ਸਾਰੀ ਗੱਲ ਦੱਸੀ ਸੀ। ਸੋਨੀਆ ਵੀ ਕਹਿੰਦੀ ਸੀ ਜੇ ਚਮਕੀਲੇ ਨੂੰ 300 ਦੇ ਦਿੱਤੇ ਤਾਂ ਆਪਾਂ ਨੂੰ ਪਿੱਛੇ ਕੀ ਬਚੇਗਾ। ਕਸ਼ਮੀਰੀ ਲਾਲ ਅਜਾਇਬ ਰਾਏ ਅਤੇ ਮਨਜੀਤ ਭੁੱਲਰ ਨੂੰ ਲੈ ਕੇ ਰਾਜਸਥਾਨ ਚਲਾ ਗਿਆ ਸੀ। ਉਦੋਂ ਲੋਕ ਚਮਕੀਲੇ ਦੇ ਗੀਤਾਂ ਤੋਂ ਤਾਂ ਵਾਕਿਫ ਸਨ ਅਤੇ ਲੇਕਿਨ ਉਸਦੀ ਦਿੱਖ ਤੋਂ ਅਜੇ ਜਾਣੂ ਨਹੀਂ ਸਨ। ਕਸ਼ਮੀਰੀ ਲਾਲ ਨੇ ਅਜਾਇਬ ਰਾਏ ਨੂੰ ਸੋਨੀਆ ਨਾਲ ਅਮਰ ਸਿੰਘ ਚਮਕੀਲਾ ਬਣਾ ਕੇ ਪੇਸ਼ ਕਰ ਦਿੱਤਾ ਸੀ। ਮਨਜੀਤ ਭੁੱਲਰ ਨੂੰ ਉਹਨਾਂ ਨੇ ਸਹਾਇਕ ਗਾਇਕ ਦੱਸ ਕੇ ਪ੍ਰੋਗਰਾਮ ਕਰਵਾ ਲਿਆ ਸੀ। ਪਿੱਛੋਂ ਘਰੇ ਵਿਹਲਾ ਬੈਠਾ ਟਿੱਕੀ ਚਮਕੀਲੇ ਨੂੰ ਕਹਿਣ ਲੱਗਾ, ਚੰਗੀ ਦਿਵਾਲੀ ਆਈ ਆ, ਆਪਣਾ ਦਿਵਾਲਾ ਕੱਢ ਗਈ, ਸੋਨੀਆ ਦਾ ਪ੍ਰੋਗਰਾਮ ਲਾਈ ਜਾਂਦੀ ਆ, ਆਪਾਂ ਵਿਹਲੇ ਬੈਠੇ ਹਾਂ। ਵਿਹਲੇ ਨਹੀਂ ਬੈਠੇ, ਆਪਣਾ ਤਾਂ ਕੰਮ ਹੀ ਹੁਣੇ ਸ਼ੁਰੂ ਹੋਣਾ। ਚਮਕੀਲੇ ਦੇ ਅੰਦਰੋਂ ਸਵੈ ਵਿਸ਼ਵਾਸ ਬੋਲ ਰਿਹਾ ਸੀ, ਕੀ ਮਤਲਬ ਹੈ ਤੇਰਾ, ਹੁਣ ਤੋਂ ਮੈਂ ਕਿਸੇ ਨਾਲ ਨਹੀਂ ਜਾਇਆ ਕਰਨਾ, ਸਗੋਂ ਲੋਕ ਮੇਰੇ ਨਾਲ ਜਾਇਆ ਕਰਨਗੇ। ਚਮਕੀਲੇ ਨੇ ਮੁੱਛ ਮਰੋੜੀ ਸੀ, ਕੀ ਸਕੀਮ ਆ ਤੇਰੀ, ਮੈਨੂੰ ਖੁੱਲ੍ਹ ਕੇ ਦੱਸ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦਫ਼ਤਰ ਚਾਹੀਦਾ, ਕਿਵੇਂ ਨਾ ਕਿਵੇਂ ਆਪਾਂ ਕਿਸੇ ਕਸ਼ਮੀਰੀ ਲਾਲ ਵਾਲੇ ਦਫ਼ਤਰ 'ਤੇ ਕਬਜ਼ਾ ਕਰੀਏ, ਇਹ ਵਧੀਆ ਟਿਕਾਣੇ 'ਤੇ ਆ, ਇਹ ਕਲਾਕਾਰਾਂ ਦੇ ਸਾਰੇ ਦਫ਼ਤਰ ਮੋਗੇ ਵੈਦ ਗੁਰਬਚਨ ਸਿੰਘ ਹੋਰਾਂ ਦੇ ਹਨ, ਆਪਾਂ ਮੋਗੇ ਉਹਨਾਂ ਦੇ ਮੁੰਡੇ ਤਰਸੇਮ ਕੋਲ ਚੱਲਦੇ ਹਾਂ। ਚਮਕੀਲੇ ਦੇ ਟਿੱਕੀ ਨੇ ਬੱਸ ਫੜੀ ਸਿੱਧੇ ਮੋਗੇ ਜਾ ਵੱਜੇ। ਅੱਗੋਂ ਜਾਂਦਿਆਂ ਨੂੰ ਤਰਸੇਮ ਦਾ ਚਾਚਾ ਡਾਕਟਰ ਬਚਿੱਤਰ ਸਿੰਘ ਟੱਕਰ ਗਿਆ ਸੀ, ਉਹਨੇ ਦੱਸ ਦਿੱਤਾ ਸੀ ਕਿ ਤਰਸੇਮ ਉੱਪਰ ਚੁਬਾਰੇ 'ਤੇ ਪਿਆ ਸੀ। ਚਮਕੀਲਾ ਅਤੇ ਟਿੱਕੀ ਚੁਬਾਰੇ 'ਤੇ ਚੜ੍ਹ ਗਏ
ਤੇ ਉਹਨਾਂ ਨੇ ਆਪਣੇ ਆਉਣ ਦਾ ਮੰਤਵ ਤਰਸੇਮ ਨੂੰ ਦੱਸਿਆ ਸੀ। ਤਰਸੇਮ ਨੇ ਦਫ਼ਤਰ ਦੇਣ ਲਈ ਹਾਮੀ ਭਰ ਦਿੱਤੀ ਸੀ। ਕਸ਼ਮੀਰੀ ਤੋਂ ਆਪਾਂ ਕੀ ਲੈਣਾ, ਦਫ਼ਤਰ ਹੁਣ ਤੁਹਾਡਾ, ਉਹ ਕਿਰਾਇਆ ਨਹੀਂ ਚੱਜ ਨਾਲ ਦਿੰਦਾ, ਉਹਨੂੰ ਤਾਂ ਵੈਸੇ ਵੀ ਕੱਢਣਾ ਹੀ ਸੀ। ਤਰਸੇਮ ਭਾਈ, ਜੋ ਤੂੰ ਕਿਰਾਇਆ ਕਹੇਗਾ ਮੈਂ ਦੇ ਦਿਆ ਕਰੂੰ। ਚਮਕੀਲਾ ਖੁਸ਼ ਸੀ, ਠੀਕ ਆ, ਜੋ ਉਹ ਦਿੰਦਾ ਸੀ ਤੁਸੀਂ ਦੇਈ ਜਾਇਓ। ਤਰਸੇਮ ਨੇ ਗੱਲ ਟੁੱਕ ਦਿੱਤੀ ਸੀ। ਉਸ ਤੋਂ ਉਪਰੰਤ ਤਰਸੇਮ ਨੇ ਨੌਕਰ ਨੂੰ ਆ ਕੇ ਬੋਤਲ ਮੰਗਵਾ ਲਈ ਸੀ। ਸ਼ਰਾਬ ਪੀਂਦਿਆਂ ਅੱਧੀ ਤੋਂ ਵੱਧ ਰਾਤ ਲੰਘ ਗਈ ਸੀ। ਚਮਕੀਲਾ ਖਾਸਾ ਸ਼ਰਾਬੀ ਹੋ ਗਿਆ ਸੀ। ਵਾਰ ਵਾਰ ਉਹ ਤਰਸੇਮ ਨੂੰ ਕਹਿਣ ਲੱਗ ਗਿਆ ਸੀ, ਤਰਸੇਮ ਜੇ ਤੂੰ ਮੇਰਾ ਵੱਡਾ ਬਾਈ ਹੈ ਤਾਂ ਦਫ਼ਤਰ ਮੈਨੂੰ ਦੇ ਦੇ। ਤਰਸੇਮ ਉਸ ਨੂੰ ਟਾਲਿਆ ਕਰੇ, ਚਮਕੀਲਿਆ ਜਿੰਨਾ ਚਿਰ ਮੈਂ ਜਿਉਂਦਾ ਦਫ਼ਤਰ ਤੇਰਾ। ਗੱਲ ਆਈ ਗਈ ਕਰਕੇ ਤਰਸੇਮ ਹੋਰ ਵਿਸ਼ਾ ਛੇੜ ਲਿਆ ਕਰੇ। ਚਮਕੀਲੇ ਨੂੰ ਥੋੜ੍ਹੇ ਚਿਰ ਬਾਅਦ ਫਿਰ ਦਫ਼ਤਰ ਦੀ ਯਾਦ ਆ ਜਾਇਆ ਕਰੇ ਅਤੇ ਉਹ ਫਿਰ ਕਿਹਾ ਕਰੇ, ਤਰਸੇਮ ਬਾਈ ਬਣ ਕੇ ਦਫ਼ਤਰ ਮੈਨੂੰ ਦੇ ਦੇ ਪੱਕਾ। 5-10 ਵਾਰ ਤਾਂ ਤਰਸੇਮ ਟਾਲਦਾ ਰਿਹਾ ਸੀ। ਜਦ ਚਮਕੀਲਾ ਨਹੀਂ ਸੀ ਟਲਿਆ ਤਾਂ ਤਰਸੇਮ ਅੱਕ ਕੇ ਬੋਲਿਆ ਸੀ, ਕਹਿ ਤਾਂ ਦਿੱਤਾ ਹੈ ਯਾਰ ਦਫ਼ਤਰ ਤੇਰਾ ਹੈ, ਹੁਣ ਮੈਂ ਹੋਰ ਦੱਸ ਕੀ ਕਰਾਂ, ਤੇਰੇ ਹੱਥ ਫੜਾ ਦੇਵਾਂ। ਹਾਂ ਤੂੰ ਹੱਥ 'ਚ ਫੜਾ ਵੀਰੇ, ਮੈਨੂੰ ਤਾਂ ਦਫ਼ਤਰ ਵਿੱਚ ਵਾੜ ਕੇ ਆ ਛੇਤੀ, ਕਹਿ ਕੇ ਚਮਕੀਲਾ ਨਿਆਣਿਆਂ ਵਾਂਗੂ ਰੋਣ ਲੱਗ ਪਿਆ ਸੀ। ਚਮਕੀਲੇ ਨੂੰ ਵਰਾ ਕੇ ਤਰਸੇਮ ਬੋਲਿਆ ਸੀ, ਚੱਲ ਆਪਾਂ ਹੁਣੇ ਹੀ ਚੱਲਦੇ ਹਾਂ। ਉਹਨੇ ਜੀਪ ਕੱਢੀ ਤੇ ਵਿੱਚ ਇੱਕ ਦੋ ਬੰਦੇ ਹੋਰ ਬਿਠਾਏ। ਚਮਕੀਲੇ ਦੇ ਟਿੱਕੀ ਨਾਲ ਸਵੇਰੇ ਦੇ 3-4 ਵਜੇ ਲੁਧਿਆਣੇ ਨੂੰ ਤੁਰ ਪਏ। ਦਫ਼ਤਰ ਮੂਹਰੇ ਆ ਕੇ ਪਹਿਲਾਂ ਤਾਂ ਜਿੰਦਾ ਵੱਢ ਕੇ ਦਫ਼ਤਰ ਵਿੱਚ ਪਿਆ ਸਮਾਨ ਚੁਬਾਰੇ 'ਤੇ ਚਾੜਿਆ, ਫਿਰ ਬੋਰਡ ਲਾ ਕੇ ਦੁਗਰੀ ਵਾਲੀ ਨਹਿਰ ਵਿੱਚ ਰੋੜ ਕੇ ਟਿੱਕੀ 'ਤੇ ਕਿਰਾਏ ਵਾਲੇ ਕਮਰੇ ਵਿੱਚ ਜਾ ਕੇ ਸਾਰੇ ਸੌ ਗਏ ਸਨ। ਅਗਲੇ ਦਿਨ ਸਵੇਰੇ ਉੱਠ ਕੇ ਸਭ ਨੇ ਸਲਾਹ ਕੀਤੀ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ, ਨੇੜੇ ਦੇ ਗੁਰਦੁਆਰੇ ਵਿੱਚੋਂ ਬੀੜ ਲਿਆ ਕੇ 7 ਦਿਨਾਂ ਦਾ ਸਹਿਜ ਪਾਠ ਰਖਵਾ ਦਿੱਤਾ ਗਿਆ। ਲੰਘਦਾ ਕਰਦਾ ਹਰ ਕੋਈ ਮੱਥਾ ਟੇਕਦਾ ਤੇ ਕਸ਼ਮੀਰੀ ਲਾਲ ਦੇ ਬੋਰਡ ਬਾਰੇ ਪੁੱਛਦਾ। ਤਰਸੇਮ ਹਰ ਕਿਸੇ ਨੂੰ ਇੱਕ ਹੀ ਜਵਾਬ ਦਿੰਦਾ ਸੀ, ਬੋਰਡ ਤਾਂ ਬਾਈ ਕੀਰਤਪੁਰ ਪਹੁੰਚ ਗਿਆ। ਚਮਕੀਲੇ ਕੋਲ ਫਰਨੀਚਰ ਲੈਣ ਲਈ ਪੈਸੇ ਨਹੀਂ ਸਨ। ਉਸਨੇ ਤਰਸੇਮ ਦੀ ਮਿੰਨਤ ਕੀਤੀ ਤਾਂ ਉਸਨੇ 7 ਕੁਰਸੀਆਂ ਤੇ 1 ਮੇਜ਼ ਵੀ ਲਾ ਦਿੱਤਾ ਸੀ। ਇੰਜ ਚਮਕੀਲੇ ਨੇ ਦਫ਼ਤਰ ਤੇ ਕਬਜ਼ਾ ਕਰਕੇ ਪੰਜਾਬੀ ਗਾਇਕੀ ਦੀ ਜੰਗ ਦੇ ਮੈਦਾਨ 'ਚ ਆਪਣੀ ਆਮਦ ਦਾ ਬਿਗਲ ਵਜਾ ਦਿੱਤਾ ਸੀ। ਦੋਸਤੋ, ਇਹ ਮੈਂ ਕਿੱਸਾ ਜੰਗ ਦਾ ਬਿਗਲ ਅਮਰ ਸਿੰਘ ਚਮਕੀਲਾ ਜੀ ਨਾਲ ਜੁੜਿਆ ਤੁਹਾਡੇ ਰੂਬਰੂ ਕੀਤਾ, ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ। ਇਸੇ ਤਰ੍ਹਾਂ ਹੋਰ ਵੀਡੀਓ ਲੈ ਕੇ ਜਲਦ ਤੋਂ ਜਲਦ ਹਾਜ਼ਰ ਹੋਵਾਂਗੇ। ਹੁਣ ਲਈ ਦਿਓ ਇਜਾਜ਼ਤ, ਪ੍ਰੀਤ ਡੁਗਰੀ ਦੇ ਨਾਲ ਸਾਡਾ ਪੰਜਾਬੀ ਵਿਰਸਾ ਚੈਨਲ।